ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਰਾਜ ਸਿੰਘ ਸਿੱਧੂ ਅਤੇ ਲੈ ਕੇ ਹਾਜ਼ਰ ਹਾਂ ਅੱਜ 18 ਅਕਤੂਬਰ 2023 ਦੇ ਨਰਮੇ ਦੀਆਂ ਮੰਡੀਆਂ ਦੇ ਭਾਅ। ਸੋ ਸਭ ਤੋਂ ਪਹਿਲਾਂ ਆਪਾਂ ਅਬੋਹਰ ਮੰਡੀ ਦੀ ਗੱਲ ਕਰਦੇ ਹਾਂ। ਅਬੋਹਰ ਮੰਡੀ ਦੇ ਵਿੱਚ ਜਿਹੜਾ ਨਰਮੇ ਦਾ ਭਾਅ ਰਿਹਾ, ਜ਼ਿਆਦਾ ਤੋਂ ਜ਼ਿਆਦਾ 7,665 ਰੁਪਏ ਰਿਹਾ ਜੀ, ਅਤੇ ਘੱਟ ਤੋਂ ਘੱਟ 6,600 ਰੁਪਏ। ਅਤੇ ਜੇਕਰ ਐਵਰੇਜ ਰੇਟ ਦੀ ਗੱਲ ਕਰੀਏ ਤਾਂ 6,900 ਰੁਪਏ ਪ੍ਰਤੀ ਕੁਇੰਟਲ ਰਿਹਾ ਜੀ। ਕਪਾਹ ਦਾ ਭਾਅ ਜੇਕਰ ਗੱਲ ਕਰੀਏ ਤਾਂ ਜ਼ਿਆਦਾ ਤੋਂ ਜ਼ਿਆਦਾ ਰੇਟ ਰਿਹਾ ਅੱਜ 7,555 ਰੁਪਏ ਪ੍ਰਤੀ ਕੁਇੰਟਲ, ਅਤੇ ਘੱਟ ਤੋਂ ਘੱਟ 7,300 ਰੁਪਏ ਪ੍ਰਤੀ ਕੁਇੰਟਲ ਰਿਹਾ ਜੀ। ਸੋ ਇਸ ਦੇ ਨਾਲ ਹੀ ਮੁਕਤਸਰ ਦੀ ਮਲੋਟ ਮੰਡੀ ਦੀ ਗੱਲ ਕਰ ਲੈਂਦੇ ਹਾਂ, ਜਿੱਥੇ ਅੱਜ ਨਰਮੇ ਦਾ ਭਾਅ 6,855 ਰੁਪਏ ਪ੍ਰਤੀ ਕੁਇੰਟਲ ਰਿਹਾ। ਜ਼ਿਆਦਾ ਤੋਂ ਜ਼ਿਆਦਾ ਅਤੇ ਘੱਟ ਤੋਂ ਘੱਟ ਭਾਅ ਜਿਹੜਾ ਰਿਹਾ ਉਹ 5,850 ਰੁਪਏ ਪ੍ਰਤੀ ਕੁਇੰਟਲ, ਅਤੇ ਐਵਰੇਜ ਰੇਟ ਸੀ ਜਿਹੜਾ ਉਹ 6,720 ਰੁਪਏ ਪ੍ਰਤੀ ਕੁਇੰਟਲ ਰਿਹਾ। ਗਿੱਦੜਬਾਹਾ ਦੀ ਮੰਡੀ ਦੀ ਗੱਲ ਕਰ ਲੈਂਦੇ ਹਾਂ ਤਾਂ ਉੱਥੇ 7,085 ਰੁਪਏ ਨਰਮੇ ਦਾ ਭਾਅ ਰਿਹਾ ਪ੍ਰਤੀ ਕੁਇੰਟਲ। ਮਾਨਸਾ ਦੀ ਬਰੇਟਾ ਮੰਡੀ ਦੀ ਗੱਲ ਕਰ ਲਈਏ ਤਾਂ 6,930 ਰੁਪਏ ਪ੍ਰਤੀ ਕੁਇੰਟਲ ਰਿਹਾ ਉੱਥੇ ਨਰਮੇ ਦਾ ਭਾਅ, ਅਤੇ ਘੱਟ ਤੋਂ ਘੱਟ ਜਿਹੜਾ ਭਾਅ ਰਿਹਾ ਉਹ 6,280 ਰੁਪਏ, ਅਤੇ ਐਵਰੇਜ ਰੇਟ ਸੀ ਜਿਹੜਾ ਉਹ 6,530 ਰੁਪਏ ਪ੍ਰਤੀ ਕੁਇੰਟਲ ਰਿਹਾ ਜੀ। ਜੀ ਹਾਂ, ਇਸ ਦੇ ਨਾਲ ਹੀ ਰਾਜਸਥਾਨ ਦੀਆਂ ਮੰਡੀਆਂ ਦੇ ਭਾਅ ਦੀ ਗੱਲ ਕਰ ਲੈਂਦੇ ਹਾਂ। ਅਜਮੇਰ ਦੀ ਵਿਜੇ ਨਗਰ ਦੇ ਵਿੱਚ ਨਰਮੇ ਦਾ ਭਾਅ 7,785 ਰੁਪਏ ਪ੍ਰਤੀ ਕੁਇੰਟਲ ਰਿਹਾ। ਅਲਵਰ ਦੀ ਖੈਰਤ ਹਾਲ ਮੰਡੀ ਦੇ ਵਿੱਚ ਨਰਮੇ ਦਾ ਭਾਅ 7,200 ਰੁਪਏ ਪ੍ਰਤੀ ਕੁਇੰਟਲ ਰਿਹਾ ਜੀ। ਜੇਕਰ ਹਨੂੰਮਾਨਗੜ੍ਹ ਦੀ ਗੱਲ ਕਰੀਏ ਤਾਂ ਹਨੂੰਮਾਨਗੜ੍ਹ ਟਾਊਨ ਦੇ ਵਿੱਚ ਨਰਮੇ ਦਾ ਭਾਅ 7,125 ਰੁਪਏ ਪ੍ਰਤੀ ਕੁਇੰਟਲ ਰਿਹਾ, ਅਤੇ ਰਾਏ ਸਿੰਘ ਨਗਰ ਦੇ ਵਿੱਚ 7,099 ਰੁਪਏ ਪ੍ਰਤੀ ਕੁਇੰਟਲ ਰਿਹਾ ਨਰਮੇ ਦਾ ਭਾਅ ਜੀ। ਅਤੇ ਇਸ ਦੇ ਨਾਲ ਹੀ ਚੱਲਦੇ ਹਾਂ ਹਰਿਆਣਾ ਦੀਆਂ ਮੰਡੀਆਂ ਵੱਲ, ਜਿੱਥੇ ਭੂਨਾ ਮੰਡੀ ਦੇ ਵਿੱਚ ਨਰਮੇ ਦਾ ਭਾਅ 6,850 ਰੁਪਏ ਪ੍ਰਤੀ ਕੁਇੰਟਲ, ਐਲਨਾਬਾਦ ਮੰਡੀ ਦੇ ਵਿੱਚ 7,080 ਰੁਪਏ ਪ੍ਰਤੀ ਕੁਇੰਟਲ, ਅਤੇ ਆਦਮਪੁਰ ਮੰਡੀ ਦੇ ਵਿੱਚ 7,025 ਰੁਪਏ ਪ੍ਰਤੀ ਕੁਇੰਟਲ, ਭੁੱਟੋ ਮੰਡੀ ਦੇ ਵਿੱਚ 6,975 ਰੁਪਏ ਪ੍ਰਤੀ ਕੁਇੰਟਲ, ਅਤੇ ਸਰਸਾ ਮੰਡੀ ਦੇ ਵਿੱਚ ਨਰਮੇ ਦਾ ਭਾਅ ਰਿਹਾ 7,711 ਰੁਪਏ ਪ੍ਰਤੀ ਕੁਇੰਟਲ। ਫਤਿਆਬਾਦ ਮੰਡੀ ਦੇ ਵਿੱਚ ਨਰਮੇ ਦਾ ਭਾਅ 7,030 ਰੁਪਏ ਪ੍ਰਤੀ ਕੁਇੰਟਲ ਰਿਹਾ ਜੀ, ਅਤੇ ਬਰਵਾਲਾ ਮੰਡੀ ਦੇ ਵਿੱਚ ਨਰਮੇ ਦਾ ਭਾਅ 7,145 ਰੁਪਏ ਪ੍ਰਤੀ ਕੁਇੰਟਲ ਰਿਹਾ। ਇਸ ਦੇ ਨਾਲ ਹੀ ਜੇਕਰ ਜੀਂਦ ਦੀ ਉਚਾਣਾ ਮੰਡੀ ਦੀ ਗੱਲ ਕਰੀਏ ਤਾਂ ਉੱਥੇ ਨਰਮੇ ਦਾ ਭਾਅ 7,168 ਰੁਪਏ ਪ੍ਰਤੀ ਕੁਇੰਟਲ, ਭਵਾਨੀ ਦੀ ਸਿਵਾਨੀ ਮੰਡੀ ਦੇ ਵਿੱਚ 7,500 ਰੁਪਏ ਪ੍ਰਤੀ ਕੁਇੰਟਲ, ਅਤੇ ਸਰਸਾ ਦੀ ਨਿਊ ਗ੍ਰੇਨ ਮਾਰਕੀਟ ਦੇ ਵਿੱਚ 7,111 ਰੁਪਏ, ਹਿਸਾਰ ਦੀ ਮੰਡੀ ਦੇ ਵਿੱਚ ਨਰਮੇ ਦਾ ਭਾਅ 6,885 ਰੁਪਏ ਪ੍ਰਤੀ ਕੁਇੰਟਲ, ਅਤੇ ਸਰਸਾ ਦੀ ਡੀਂਗ ਮੰਡੀ ਦੇ ਵਿੱਚ 6,622 ਰੁਪਏ ਪ੍ਰਤੀ ਕੁਇੰਟਲ ਰਿਹਾ ਨਰਮੇ ਦਾ ਭਾਅ। ਸੋ ਇਹ ਸੀ ਮੰਡੀਆਂ ਦੇ ਭਾਅ, ਨਰਮੇ ਦੀਆਂ ਮੰਡੀਆਂ ਦੇ ਭਾਅ। ਸੋ ਨਾਲ ਹੀ ਵੀਡੀਓ ਤੁਹਾਨੂੰ ਹੋਰ ਫਸਲਾਂ ਦੇ ਬਾਰੇ ਵੀ ਜਾਣਕਾਰੀ ਦੇਵਾਂਗੇ, ਉਹ ਵੀਡੀਓ ਵੀ ਦੇਖਦੇ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਜੇਕਰ ਤੁਸੀਂ ਫੇਸਬੁੱਕ ਪੇਜ 'ਤੇ ਸਾਡੇ ਨਾਲ ਜੁੜੇ ਹੋ ਤਾਂ ਦੋਸਤੋ ਪੇਜ ਨੂੰ ਫਾਲੋ ਕਰ ਲਿਓ, ਅਤੇ ਹੋਰ ਦੋਸਤਾਂ ਤੱਕ ਵੀ, ਹੋਰ ਕਿਸਾਨ ਵੀਰਾਂ ਤੱਕ ਵੀ ਇਹ ਜਿਹੜਾ ਪੇਜ ਹੈ ਸ਼ੇਅਰ ਕਰਿਆ ਕਰੋ, ਤਾਂ ਕਿ ਜਿਹੜੇ ਕਿਸਾਨ ਵੀਰ ਨੇ ਸਾਡੇ ਨਾਲ ਜੁੜ ਸਕਣ। ਧੰਨਵਾਦ।